ਜੀ ਪੀ ਕੇ ਵਿਰਸਾ ਦੀ ਟੀਮ ਇਸ ਟਾਈਮ ਬੈਂਕਾਂ ਚੀਮਾ ਤਹਿਸੀਲ ਵਜ਼ੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ ਇਹ ਗੱਖੜ ਦੇ ਕੋਲ ਹੀ ਲਹਿੰਦੇ ਪਾਸੇ ਪਿੰਡ ਏ ਉੱਥੇ ਮੌਜੂਦ ਏ। ਇੱਥੇ ਅਸੀਂ ਅੱਜ ਇੱਕ ਬਜ਼ੁਰਗਾਂ ਨੂੰ ਮਿਲਣ ਆਏ ਹਾਂ ਜਿਹੜੇ ਵੰਡ ਵੇਲੇ 1947 ਦੇ ਟਾਈਮ ਹਿਜਰਤ ਕਰਕੇ ਬੈਂਕੇ ਚੀਮਾ ਇੰਡੀਅਨ ਭਾਰਤੀ ਪੰਜਾਬ ਜਿਹੜਾ ਸਾਡਾ ਚੜ੍ਹਦਾ ਪੰਜਾਬ ਏ ਉੱਥੋਂ ਪਿੰਡ ਦੁਗਰੀ ਅਤੇ ਵੱਡਾ ਪਿੰਡ ਨਾਲ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਏ ਅਤੇ ਉਹਨਾਂ ਨੂੰ ਅਸੀਂ ਮਿਲਣ ਆਏ ਹਾਂ ਅਤੇ ਬਾਕੀ ਗੱਲਾਂ ਅਸੀਂ ਬਜ਼ੁਰਗਾਂ ਦੇ ਨਾਲ ਮਿਲ ਕੇ ਅਤੇ ਤੁਹਾਨੂੰ ਦੱਸਦੇ ਹਾਂ ਉਹਨਾਂ 'ਤੇ ਕੀ ਬੀਤੀ, ਕਿਵੇਂ ਉਹ ਮਕੇਰੀਆਂ ਤੋਂ ਲੈ ਕੇ ਅਤੇ ਗੱਖੜ ਬੈਂਕੇ ਚੀਮਾ ਕਿਵੇਂ ਪਹੁੰਚੇ। ਆਓ ਹੁਣ ਅਸੀਂ ਤੁਹਾਨੂੰ ਬਾਬਾ ਜੀ ਨਾਲ ਮਿਲਾਉਂਦੇ ਹਾਂ। ਅਸਲਾਮ ਅਲੈਕੁਮ ਜੀ। ਵਾਲਸਲਾਮ ਰਹਿਮਤੁਲਲਾ ਬਾਬਾ। ਇਹ ਬਜ਼ੁਰਗੋ ਕੀ ਨਾਮ ਹੈ ਆਪਣਾ? ਮੇਰਾ ਨਾਮ ਜੀ ਗੁਲਾਮ ਮੁਸਤਫਾ। ਗੁਲਾਮ ਮੁਸਤਫਾ, ਅਤੇ ਇਹ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ? ਬੈਂਕਾ ਚੀਮਾ। ਬੈਂਕਾ ਚੀਮਾ, ਇਹਦੇ ਆਲੇ ਦੁਆਲੇ ਕੋਈ 2-4 ਪਿੰਡ ਸਾਨੂੰ ਦੱਸੋਗੇ ਕਿਹੜੇ ਕਿਹੜੇ ਨੇ? ਇਹਦੇ ਦੱਖਣ ਪਾਸੇ ਅਤੇ ਕੈਂਟੇ ਰਾਹ ਵਾਲੀ ਕੈਂਟ ਰਾਹ ਵਾਲੀ ਛਾਉਣੀ ਜਾਂ ਛਾਉਣੀ, ਠੀਕ ਹੈ। ਔਰ ਕੁਦ ਵਾਲੇ ਪਾਸੇ ਸੜਕ ਹੈ ਅਤੇ ਸੜਕ ਦੇ ਪਰਲੇ ਪਾਸੇ ਆਦਲਗੜ੍ਹ ਪਿੰਡ। ਆਦਲਗੜ੍ਹ, ਠੀਕ ਹੈ। ਅਤੇ ਮਸ਼ਰਕ ਵਾਲੇ ਪਾਸੇ ਥੋੜ੍ਹਾ ਕੁਤਬੀ ਸਾਹਿਬ ਨੂੰ ਗੱਖੜ ਗੱਖੜ ਮੰਡੀ ਜਾਂ ਗੱਖੜ ਮੰਡੀ, ਅਤੇ ਮਗਰ ਵਾਲੇ ਪਾਸੇ ਥੋੜ੍ਹਾ ਕੁੱਤ ਵਾਲੇ ਪਾਸੇ ਕਰਕੇ ਇੱਕ ਕੋਨੇ ਵੱਲ ਗਿੱਲ ਵੱਲ ਗਿੱਲ ਵੱਲ। ਅੱਛਾ, ਇਹ ਦੱਸੋਗੇ ਜੀ ਤੁਸੀਂ ਇੰਡੀਆ 'ਚੋਂ ਜਦੋਂ 47 ਤੋਂ ਪਹਿਲਾਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਹਿਜਰਤ ਕਰਕੇ ਇੱਥੇ ਬੈਂਕੇ ਚੀਮੇ? ਜਨਾਬ ਜ਼ਿਲ੍ਹਾ ਹੁਸ਼ਿਆਰਪੁਰ, ਠੀਕ, ਤਹਿਸੀਲ ਦਸੂਹਾ ਦਸੂਹਾ, ਅਤੇ ਕਸਬਾ ਥਾਣਾ ਮਕੇਰੀਆਂ, ਠੀਕ ਹੈ, ਅਤੇ ਪਿੰਡ ਦੁਗਰੀਆਂ। ਪਿੰਡ ਦੁਗਰੀਆਂ ਜੀ, ਦੁਗਰੀ ਦੁਗਰੀ, ਹਾਂਜੀ, ਠੀਕ ਹੈ। ਇਹਦੇ ਦੁਗਰੀ ਜਿਹੜਾ ਪਿੰਡ ਏ ਮਕੇਰੀਆਂ ਦੁਗਰੀ, ਇਹਦੇ ਆਲੇ ਦੁਆਲੇ ਕੋਈ ਪਿੰਡ ਯਾਦ ਨੇ ਕਿਹੜੇ ਕਿਹੜੇ ਸਨ? ਹਾਂਜੀ, ਕਿਹੜੇ ਕਿਹੜੇ ਪਿੰਡ? ਇਹਦੇ ਮਕੇਰੀ ਦੇ ਨਜ਼ਦੀਕ ਪਿੰਡ ਸੀ ਚੱਕ ਆਲਾ ਬਖਸ਼। ਚੱਕ ਆਲਾ ਬਖਸ਼, ਹਾਂਜੀ, ਠੀਕ ਹੈ। ਇਹਦੇ ਮਗਰ ਵਾਲੇ ਪਾਸੇ ਪਿੰਡ ਸੀ ਸਲਹਿਰੀਆਂ। ਹਾਂ, ਸਲਹਿਰੀਆਂ ਸਲਹਿਰੀਆਂ ਜੀ, ਠੀਕ ਹੈ। ਅਤੇ ਇੱਧਰ ਦੱਖਣ ਵਾਲੇ ਪਾਸੇ ਆਪਣਾ ਮਕੇਰੀਆਂ ਕਸਬਾ ਸ਼ਹਿਰ ਕਹਿ ਲਿਓ, ਠੀਕ ਹੈ, ਸੀ ਉਹਦਾ ਆਪਣਾ ਮਾਲੀ। ਅਤੇ ਆਪਣਾ ਜਿਹੜਾ ਪਿੰਡ ਏ ਦੁਗਰੀ, ਇਹ ਕਿੱਡਾ ਕੁ ਵੱਡਾ ਸੀ? ਇਹ ਬਹੁਤ ਜ਼ਿਆਦਾ ਵੱਡਾ ਨਹੀਂ, ਠੀਕ ਹੈ, ਦਰਮਿਆਨਾ ਛੋਟਾ ਜਿਹਾ ਪਿੰਡ ਸੀ, ਜਿਹੜੀ ਤਕਰੀਬਨ ਅੱਧੀ ਆਬਾਦੀ ਮੁਸਲਮਾਨਾਂ ਦੀ ਸੀ, ਠੀਕ ਹੈ, ਅੱਧੀ ਆਬਾਦੀ ਹਿੰਦੂਆਂ ਦੀ ਸੀ। ਅਤੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ ਤਕਰੀਬਨ? ਤਕਰੀਬਨ 25-30 ਦੇ ਕਰੀਬ। 25-30 ਦੇ ਕਰੀਬ। ਉਹ ਜਿਹੜੇ ਮੁਸਲਮਾਨ ਸਨ ਸਾਰੇ ਤੁਹਾਡੀ ਜਿਹੜੀ ਰਾਜਪੂਤ ਨਾਰੂ ਬਰਾਦਰੀ ਏ ਇਸੇ ਬਰਾਦਰੀ ਦੇ ਸਨ ਜਾਂ ਕੋਈ ਹੋਰ ਕੌਮਾਂ ਵੀ ਆਏ ਸਨ? ਸਿਰਫ ਨਾਰੂ ਬਰਾਦਰੀ, ਜਿਹੜੇ ਬਾਕੀ ਸਿੱਖ ਸਨ ਜਾਂ ਹਿੰਦੂ ਸਨ ਮੁਸਲਮਾਨਾਂ ਤੋਂ ਇਲਾਵਾ ਜਿਹੜੇ ਦੂਸਰੇ? ਉਹ ਹਿੰਦੂ ਸਨ, ਸਿੱਖ ਨਹੀਂ ਸਨ, ਹਿੰਦੂ ਸਨ। ਤੇ ਤੁਹਾਡੇ ਪਿੰਡ ਦੇ ਵਿੱਚ ਸਕੂਲ ਵਗੈਰਾ ਵੀ ਹੈ ਸੀ? ਜੀ ਨਹੀਂ, ਸਕੂਲ ਨਹੀਂ ਸੀ ਹੈ ਉਦੋਂ ਜਦੋਂ ਤੁਸੀਂ ਹਿਜਰਤ ਕੀਤੀ? ਜੀ ਨਹੀਂ, ਸਕੂਲ ਉਦੋਂ ਸਾਡੇ ਪਿੰਡ ਤੋਂ ਮਗਰ ਵਾਲੇ ਪਾਸੇ ਇੱਕ ਪਿੰਡ ਸੀ ਮਹਿੰਦੀਪੁਰ। ਮਹਿੰਦੀਪੁਰ, ਮਹਿੰਦੀਪੁਰ ਸਕੂਲ ਪਿੰਡ ਪ੍ਰਾਇਮਰੀ ਸਕੂਲ ਸੀ, ਉੱਥੇ ਪੜ੍ਹਨ ਜਾਂਦੇ ਸੋ? ਜੀ, ਉੱਥੇ ਪੜ੍ਹਨ। ਤੁਹਾਡੀ ਉਮਰ ਕਿੰਨੀ ਸੀ ਜਦੋਂ? ਉਸ ਵਕਤ ਮੇਰੀ ਉਮਰ ਤਕਰੀਬਨ 7-8 ਦੇ ਕਰੀਬ 7-8 ਸਾਲ ਦੇ ਕਰੀਬ ਸੀ ਜੀ, ਠੀਕ ਹੈ। ਅੱਛਾ, ਇਹ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਜੀ, ਪਾਕਿਸਤਾਨ ਬਣਨ ਦਾ ਐਲਾਨ ਹੋਇਆ, ਪਾਕਿਸਤਾਨ ਬਣਿਆ, ਹਿਜਰਤ ਕਰਨੀ ਪਈ ਉੱਥੋਂ ਇੱਧਰ ਨੂੰ ਜੀ, ਅਤੇ ਤੁਹਾਨੂੰ ਯਾਦ ਨੇ ਕੋਈ ਗੱਲਾਂ ਕੋਈ ਕਿ ਕਿਵੇਂ ਨਿਕਲੇ, ਕਿਸ ਟਾਈਮ ਨਿਕਲੇ, ਕੀ ਹੋਇਆ, ਇਹਦੇ ਬਾਰੇ ਕੋਈ ਸਾਨੂੰ ਤਫਸੀਲ? ਹਾਂਜੀ, ਉਹ ਇਸ ਤਰ੍ਹਾਂ ਬਣਿਆ ਜੀ ਕਿ ਜਿਸ ਵਕਤ ਹਿਜਰਤ ਕਰਨੀ ਪਈ ਜੀ, ਤਾਂ ਮੁਸਲਮਾਨ ਸਾਡੇ ਜਿਹੜੇ ਘਰ ਸਨ ਜੀ, ਉਹ ਛੋਟੇ ਜਿਹੇ ਕਾਫਲੇ ਦੀ ਸ਼ਕਲ ਵਿੱਚ, ਠੀਕ ਹੈ, ਪਿੰਡ 'ਚੋਂ ਨਿਕਲੇ ਨੇ, ਠੀਕ ਹੈ, ਅਤੇ ਉਹਨਾਂ ਕੋਲ ਸਿਰਫ ਮਾਮੂਲੀ ਜਿਹਾ ਸਮਾਨ, ਇੱਕ ਦੋ ਬਰਤਨ ਜੀ, ਇੱਕ ਦੋ ਕੱਪੜਾ ਬਿਸਤ ਆਪਣਾ ਉੱਤੇ ਲੈਣ ਵਾਲਾ, ਠੀਕ ਹੈ, ਜਿਸਮ, ਅਤੇ ਬਾਕੀ ਜੇ ਕਿਸੇ ਕੋਲ ਪੈਸਾ ਟਕਾ ਹੈ ਸੀ ਉਹ, ਲੇਕਿਨ ਜਿਸ ਵਕਤ ਉਹ ਜਗ੍ਹਾ ਤੋਂ ਅੱਗੇ ਨਿਕਲੇ ਹਾਂ ਅਤੇ ਫਿਰ ਉਹ ਕਾਫੀ ਦੀ ਸ਼ਕਲ ਅੱਗੇ ਗਏ, ਅੱਗੇ ਚੱਲਦੇ ਚੱਲਦੇ ਫਿਰ ਅੱਗੇ ਪਤਾ ਚੱਲਿਆ ਕਿ
ਇਹ ਜੋ ਕੁਝ ਤੁਸੀਂ ਮੁਸਲਮਾਨ ਭਰਾ ਲੈ ਕੇ ਤੁਰਦੇ ਹੋ ਜ਼ੇਵਰ ਵਗੈਰਾ ਜਾਂ ਕੋਈ ਪੈਸਾ ਵਗੈਰਾ, ਉਹ ਵੀ ਹਿੰਦੂ ਕੌਮ ਜਿਹੜੀ ਹੈ ਨਾ ਉਹ ਆਪਣਾ ਬਲਵਾਈਆਂ ਦੀ ਸ਼ਕਲੇ 'ਚ ਉਹ ਕਾਫਲਿਆਂ 'ਤੇ ਹਮਲਾ ਕਰਦੇ ਨੇ ਅਤੇ ਖੋ ਲੈਂਦੇ, ਉਹ ਵੀ ਖੋ ਲੈਂਦੇ। ਉਂਝ ਇਹ ਦੱਸੋ ਕਿ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲਿਓ ਕੀ ਟਾਈਮ ਸੀ, ਯਾਦ ਹੈ ਤੁਹਾਨੂੰ? ਦਿਨ ਦਾ ਸੀ, ਰਾਤ ਦਾ ਸੀ? ਉਸ ਵਕਤ ਤਕਰੀਬਨ ਮੇਰੇ ਦੇ ਨਾਲ ਅਸਰਕ ਦਾ ਟਾਈਮ, ਅਸਰ ਦਾ ਟਾਈਮ ਸੀ। ਅਤੇ ਤੁਹਾਨੂੰ ਉਂਝ ਬੱਚੇ ਹੀ ਸੋ, ਤੁਸੀਂ ਚਲੋ 8-9 ਸਾਲ ਉਮਰ ਸੀ, ਤੁਹਾਨੂੰ ਪਤਾ ਸੀ ਵੀ ਪੱਕੇ ਹੀ ਚੱਲੇ ਆ? ਨਹੀਂ, ਇਹ ਬਜ਼ੁਰਗਾਂ ਕੋਲੋਂ ਸੁਣਦੇ ਸਾਂ, ਸਿਆਣੇ ਬੰਦੇ ਕੋਲ, ਜੀ ਥੋੜ੍ਹੀ ਦੇਰ ਵਾਸਤੇ ਅਸਾਂ ਜਾਣਾ, ਠੀਕ ਹੈ, ਉਸ ਤੋਂ ਬਾਅਦ ਅਸੀਂ ਫਿਰ ਵਾਪਸ ਆ ਜਾਣਾ। ਅਤੇ ਤੁਹਾਡੀ ਉੱਥੇ ਜ਼ਮੀਨ ਵੀ ਹੈ ਸੀ? ਜੀ ਹਾਂ, ਕਿੰਨੀ ਕੁ ਜ਼ਮੀਨ ਸੀ? ਹਾਂ, ਜ਼ਮੀਨ ਉਸ ਵਕਤ ਬਜ਼ੁਰਗਾਂ ਕੋਲੋਂ ਸੁਣਿਆ ਪਤਾ ਲੱਗਾ ਜੀ, ਕੋਈ 15-20 ਏਕੜ ਦੇ ਕਰੀਬ ਜ਼ਮੀਨ ਸੀ। ਠੀਕ ਹੈ। ਅਤੇ ਜੇ ਤੁਹਾਨੂੰ ਅਸੀਂ ਹੁਣ ਉੱਥੇ ਲੈ ਜਾਈਏ ਮਕੇਰੀਆਂ, ਮਕੇਰੀਆਂ ਜਾ ਕੇ ਛੱਡ ਜਾਈਏ ਅਤੇ ਆਪਣਾ ਪਿੰਡ ਲੱਭ ਲਓਗੇ? ਜੀ ਹਾਂ, ਮਕੇਰੀਆਂ ਤੋਂ ਕਿਵੇਂ ਰਾਹ ਜਾਂਦਾ? ਇਹਨੇ ਇਹਨਾਂ ਕੁਛ ਥੋੜ੍ਹਾ ਥੋੜ੍ਹਾ ਸੂਝ ਬੂਝ ਹੈ ਕਿ ਮਕੇਰੀਆਂ ਤੋਂ ਦੱਖਣ ਵਾਲੇ ਪਾਸੇ ਸਾਡਾ ਪਿੰਡ, ਮਕੇਰੀਆਂ ਇੱਕ ਮੀਲ ਦਾ, ਮਕੇਰੀਆਂ ਤੋਂ ਦੁਗਰੀ ਜਿਹੜਾ ਪਿੰਡ ਤੁਸੀਂ ਦੱਸਿਆ ਜੀ, ਉਹ ਇੱਕ ਮੀਲ 'ਤੇ ਫਸਲਾ, ਤਕਰੀਬਨ ਇੱਕ ਮੀਲ 'ਤੇ ਫਸਲਾ। ਅਤੇ ਤੁਹਾਨੂੰ ਆਪਣਾ ਘਰ ਵੀ ਯਾਦ ਹੈ, ਗਲੀ ਜਾਂ ਘਰ ਕਿਵੇਂ ਦਾ ਸੀ, ਉਹ ਹੈ ਫਿਲਮ ਦਿਮਾਗ ਦੇ ਵਿੱਚ? ਹਾਂ, ਐਸਾ ਹੈ, ਹਾਂਜੀ, ਉਤੋਂ ਵਾਲੇ ਪਾਸਿਓਂ ਗਲੀ ਸਾਡੇ ਘਰ ਵੀ ਜਾਂਦੀ ਸੀ, ਠੀਕ ਹੈ, ਅਤੇ ਗਲੀ ਦੇ ਅਖੀਰ ਜਾ ਕੇ ਗਲੀ ਉਹ ਬੰਦ ਹੋ ਜਾਂਦੀ ਸੀ ਉਸ ਜਗ੍ਹਾ ਤੋਂ, ਠੀਕ ਹੈ, ਅੱਗੇ ਇੱਕ ਮਕਾਨ ਸੀ, ਉਸ ਮਕਾਨ 'ਤੇ ਗਲੀ ਬੰਦ ਹੋ ਜਾਂਦੀ ਸੀ, ਉਸ ਗਲੀ ਦੇ ਬੰਦ ਜਿੱਥੇ ਬੰਦ ਹੁੰਦੀ ਸੀ ਉੱਥੋਂ ਥੋੜ੍ਹਾ ਪਿਛਾਂ ਹਟ ਕੇ ਮਸ਼ਰਕ ਵਾਲੇ ਪਾਸੇ ਸਾਡਾ ਮਕਾਨ, ਤੁਹਾਡਾ ਮਕਾਨ ਸੀ। ਅੱਛਾ, ਦੱਸੋ ਕਿ ਤੁਹਾਡੀ ਹਮ ਉਮਰ, ਤੁਹਾਡੇ ਮੁਹੱਲੇ ਦੇ ਵਿੱਚ ਅਗਲੀ ਗਲੀ ਜਾਂ ਉੱਥੇ ਕੋਈ ਹਿੰਦੂਆਂ ਦੇ ਬੱਚੇ ਆਏ ਸਨ ਤੁਹਾਡੀ ਉਮਰ ਦੇ 8-9 ਸਾਲ ਦੇ? ਜੀ ਹਾਂ, ਇੱਕ ਦੇ ਮੁਤਾਲਿਕ ਮੈਨੂੰ ਥੋੜ੍ਹਾ ਯਾਦ ਹੋ, ਮੇਰੇ ਨਾਲ ਪੜ੍ਹਦਾ ਸੀ, ਕੀ ਨਾਂ ਸੀ? ਨਾਂ ਸੀ ਹੰਸਰਾਜ। ਹੰਸਰਾਜ ਤੁਹਾਡੀ ਉਮਰ ਦਾ ਸੀ, ਪਿੰਡ ਦੁਗਰੀ ਦਾ? ਇੱਕ ਦੋ ਸਾਲ ਮੇਰੇ ਤੋਂ ਵੱਡਾ ਕਰ ਲਓ। ਹਾਂ, ਤਕਰੀਬਨ ਮਤਲਬ ਕਿ ਤੁਹਾਡੇ ਹਮ ਉਮਰ ਹੀ ਸੀ ਨਾ? ਹਾਂਜੀ। ਅਤੇ ਖੇਡਦੇ ਖੂਡਦੇ ਵੀ ਉਹ ਇਕੱਠੇ? ਨਹੀਂ, ਉਹ ਇਤਨਾ ਨਹੀਂ ਹੈ ਕਿ ਅਸੀਂ ਕੋਈ, ਠੀਕ ਹੈ, ਇਕੱਠੇ ਖੇਡਦੇ ਹੋਏ, ਲੇਕਿਨ ਉਹਦਾ ਤੁਹਾਨੂੰ ਨਾਮ ਯਾਦ ਹੈ ਹੰਸਰਾਜ? ਉਹਦੇ ਵਾਲਦ ਦਾ ਵੀ ਪਤਾ? ਉਹਦੇ ਨਹੀਂ ਕੋਈ ਪਤਾ। ਅੱਛਾ, ਹਿੰਦੂਆਂ ਦੇ ਕਿਸੇ ਵੀ ਦਾ ਵੀ ਮੈਨੂੰ ਕੋਈ ਨਹੀਂ ਪਤਾ। ਠੀਕ ਹੈ, ਕਿਸੇ ਬੱਚੇ ਜਦੋਂ ਤੁਸੀਂ ਅਸਰ ਦੇ ਟਾਈਮ ਪਿੰਡੋਂ ਨਿਕਲੇ ਹੋ, ਠੀਕ ਹੈ, ਫਿਰ ਤੁਹਾਡਾ ਪਹਿਲਾ ਕੈਂਪ ਕਿੱਥੇ ਲੱਗਿਆ ਤੁਹਾਨੂੰ ਯਾਦ ਹੈ? ਗਾਲਬੰਦ ਖਾਨਪੁਰ। ਖਾਨਪੁਰ, ਇਹ ਕਿੰਨੀ ਕੁ ਦੂਰ ਸੀ ਉੱਥੋਂ? ਕੁਝ ਤਕਰੀਬਨ 2-3 ਮੀਟਰ ਦਾ ਦੂਰ। ਠੀਕ, 2 ਮੀਟਰ। ਉੱਥੇ ਖਾਨਪੁਰ 'ਚ ਤੁਸੀਂ ਕਿੰਨੇ ਦਿਨ ਰਹੇ ਹੋ ਕੈਂਪ ਦੇ ਵਿੱਚ? ਜ਼ਿਆਦਾ ਮੈਂ ਨਹੀਂ ਸਕਦਾ ਕਿ 2-3 ਦਿਨ। 2-3 ਦਿਨ। ਇੱਕ ਤੁਸੀਂ ਸਾਨੂੰ ਪਹਿਲਾਂ, ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਫਿਰ ਤੁਸੀਂ ਗੱਲ ਸੁਣਾਈਏ ਕਿ ਜਦੋਂ ਉੱਥੋਂ ਅਸੀਂ ਨਿਕਲੇ ਹਾਂ ਅਤੇ ਜਿਹੜੇ ਭੈੜੇ ਲੋਕ ਸਨ, ਵਕਤ ਉਦੋਂ ਭੈੜਾ ਸੀ, ਲੋਕ ਕੀ ਲੋਕ ਤਾਂ ਉਹੀ ਸਨ ਜਿਹੜੇ ਇਕੱਠੇ ਰਹਿੰਦੇ ਸੋ, ਵਕਤ ਐਸਾ ਆ ਗਿਆ ਕਿ ਇੱਕ ਦੂਜੇ ਨੂੰ ਮਾਰਨ ਲੱਗ ਗਏ, ਇੱਕ ਦੂਜੇ ਕੋਲ ਖੋਣ ਲੱਗ ਗਏ। ਅਤੇ ਤੁਸੀਂ ਦੱਸਿਆ ਕਿ ਕੋਈ ਐਸੀ ਜਗ੍ਹਾ ਸੀ ਨੀਵੀਂ ਸੀ, ਉੱਥੇ ਕੈਂਪ ਲੱਗਾ ਅਤੇ ਉਹਨਾਂ ਨੇ ਪਿੱਛੋਂ ਪਾਣੀ ਖੋਲ੍ਹਤਾ ਅਤੇ ਕਾਫਲਾ ਰੁੜ ਗਿਆ, ਇਹ ਗੱਲ ਸੁਣਾਓ ਸਾਨੂੰ। ਹਾਂਜੀ ਹਾਂਜੀ, ਉਹ ਜੀ ਮੁਖਤਲਿਫ ਜਗ੍ਹਾ 'ਤੇ ਕਾਫਲੇ ਬਹਿੰਦੇ ਗਏ ਅਤੇ ਰਾਤ ਨੂੰ ਆਮ ਤੌਰ 'ਤੇ ਸ਼ਾਮ ਨੂੰ ਕਾਫਲਾ ਬਿਠਾ ਦੇ ਸਨ, ਠੀਕ, ਉਹ ਜਿਹੜੇ ਸਾਡੇ ਨਾਲ ਕੋਈ ਐਵੇਂ ਨਾਂ ਦੇ ਹੀ ਫਾਸਟ ਵਾਲੇ ਲੋਕ ਸਨ, ਠੀਕ ਹੈ, ਅਤੇ ਉਹ ਜਿਸ ਵਕਤ ਰਾਤ ਪੈਣੀ ਸੀ, ਠੀਕ ਹੈ, ਉਸ ਵਕਤ ਖਾਸ ਕਰਕੇ ਸਿੱਖ ਕੌਮ ਦੇ ਲੋਕ ਜਿਹੜੇ ਸਨ ਜੀ, ਇਹ ਕੁਝ ਨਾਲ ਉਹਨਾਂ ਦੇ ਹੋਰ ਹਿੰਦੂ ਵੀ ਨਾਲ ਮਿਲ ਜਾਂਦੇ ਹੋਣਗੇ, ਬਚਪਨ ਸੀ ਕੋਈ ਨਾ ਉਹਨਾਂ ਨੂੰ ਨਹੀਂ ਸੀ ਸ਼ਨਾਖਤ ਕਰ ਸਕਦੇ, ਕੋਈ ਹਨੇਰਾ ਹੋਣਾ, ਹਨੇਰੀ ਰਾਤ ਹੋਣੀ, ਠੀਕ ਹੈ, ਤਾਂ ਇਹ ਲੋਕ ਫਿਰ ਨਾ ਹਮਲਾ ਕਰਦੇ ਸਨ, ਠੀਕ ਹੈ, ਤਾਂ ਜੇ ਕਿਸੇ ਕੋਈ ਚੀਜ਼ ਐਸੀ ਕੋਈ ਜ਼ੇਵਰ ਵਗੈਰਾ ਪੈਸੇ ਉਹ ਵੀ ਉਹ ਖੜਦੇ ਸਨ, ਤਾਂ ਵਿੱਚੋਂ ਕਤਲ ਵੀ ਕਰ ਜਾਂਦੇ ਸਨ ਕਈ ਮੁਸਲਮਾਨ। ਤੁਹਾਡੇ ਕੋਈ ਖਾਨਦਾਨ 'ਚੋਂ ਜਾਂ ਪਿੰਡ 'ਚੋਂ ਕੋਈ ਬੰਦਾ ਕਤਲ ਹੋਇਆ? ਜੀ, ਕੌਣ ਕਤਲ ਹੋਇਆ? ਮੇਰੀ ਇੱਕ ਫੁੱਫੀ ਲੱਗ ਗਈ ਸੀ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਂ ਤਾਂ ਇਸ ਵਕਤ ਮੇਰੇ ਜ਼ਿਹਨ 'ਚ ਨਹੀਂ, ਠੀਕ ਹੈ, ਅਤੇ ਉਹਨਾਂ ਨੂੰ ਸ਼ਹੀਦ ਕਰਤਾ ਸੀ? ਉਹ ਹਾਂਜੀ, ਉਹ ਸ਼ਹੀਦ। ਕਿਹੜੀ ਜਗ੍ਹਾ? ਗਲਬਨ ਰਸ਼ੀਦਾ ਨਾਂ ਸੀ ਉਹਦਾ, ਰਸ਼ੀਦਾ ਨਾਂ ਸੀ, ਅਤੇ ਇੱਕ ਮੇਰੀ ਚਾਚੀ ਲੱਗਦੀ ਸੀ, ਉਹਨੂੰ ਤਲਵਾਰ ਦਾ ਜ਼ਖਮ ਆਇਆ ਸੀ, ਸਿਰਫ ਉਹਦੀ ਸ਼ਾਹ ਲੱਗ ਬਚੀ ਸੀ, ਬਾਕੀ ਉਹਦਾ ਸਾਰੀ ਗਰਦਨ ਪਿੱਛੋਂ ਕੱਟੀ ਗਈ ਸੀ। ਉਹ ਇਸ ਤਰ੍ਹਾਂ ਹੀ ਨਾਲ ਫਿਰ ਨਾ ਕਾਫਲੇ ਨਾਲ। ਕਿਹੜੇ ਕੈਂਪ 'ਚ ਹੋਇਆ ਸੀ ਇਹ ਹਮਲਾ, ਤੁਹਾਡੀ ਚਾਚੀ 'ਤੇ ਅਤੇ ਤੁਹਾਡੀ ਫੁੱਫੀ 'ਤੇ? ਇਹ ਮੈਨੂੰ ਇਹ ਜਗ੍ਹਾ ਦਾ ਯਾਦ ਨਹੀਂ ਯਾਦ। ਫਿਰ ਤੁਸੀਂ, ਤੁਹਾਨੂੰ ਯਾਦ ਹੋਏ ਉਹਨਾਂ ਨੂੰ ਦਫਨਾਇਆ ਸੀ, ਕੋਈ ਕਬਰ ਸ਼ਬਰ ਜਨਾਜ਼ਾ ਪੜਿਆ, ਕੋਈ ਕਬਰ ਕੱਢੀ? ਨਹੀਂ, ਕੋਈ ਜਨਾਜ਼ਾ ਬੇਗੌਰ ਕਫਨ ਸੀ।
ਜੋ ਲਾਸ਼ਾਂ ਸਨ ਜਿੱਥੇ ਜਿੱਥੇ ਵੀ ਹੋਈਆਂ ਮੁਸਲਮਾਨ ਬੀਬੀਆਂ ਜਾਂ ਬੱਚੇ ਜਾਂ ਬੰਦੇ ਸ਼ਹੀਦ ਹੋਏ ਉਹ ਇਸ ਬਸ ਇਸੇ ਤਰ੍ਹਾਂ ਹੀ ਬਗੈਰ ਜਨਾਜ਼ਾ ਤੋਂ ਬਗੈਰ ਗੌਰਵ ਕਫਨ ਤੋਂ ਉਹ ਕਿਸੇ ਨੀਵੀਂ ਜਗ੍ਹਾ 'ਤੇ ਵੇਖਣਾ ਐਸ਼ ਜਗ੍ਹਾ ਉਹਦੇ ਨਾਲ ਲਾ ਕੇ ਲਾਸ਼ ਨੂੰ ਉਹਨਾਂ ਕੱਪੜਿਆਂ ਵਿੱਚ ਹੀ ਜ਼ਖਮੀ ਸਭ ਕੁਝ ਤੋਂ ਉੱਤੇ ਮਿੱਟੀ ਪਾ। ਤੁਹਾਡੇ ਖਾਨਦਾਨ ਦੇ ਤੁਸੀਂ ਕਿੰਨੇ ਜੀ ਸੋ? ਜਿਹੜੇ ਤੁਹਾਡਾ ਆਪਣਾ ਖਾਨਦਾਨ ਨੇ, ਤੁਹਾਡੇ ਵਾਲਦ ਸਾਹਿਬ ਸਨ, ਵਾਲਦਾ ਸੀ, ਕਿਹੜੇ ਕਿਹੜੇ ਜੀ ਸਨ ਜਿਹੜੇ? ਮੇਰੇ ਵਾਲਦ ਸਾਹਿਬ ਸਨ, ਠੀਕ ਹੈ, ਵਾਲਦਾ ਮੇਰੀ ਰਸਤੇ 'ਚ ਬਹੁਤ ਔਖੀ ਸੀ। ਇਹ ਕਿਹੜੀ ਜਗ੍ਹਾ 'ਤੇ ਕੋਈ ਯਾਦ ਹੈ, ਕੋਈ ਪਤਾ? ਨਹੀਂ ਯਾਦ। ਅੱਛਾ, ਵਾਲਦਾ ਤੁਹਾਡੀ ਰਾਜ ਫੌਤ ਹੋਈ ਹੈ, ਸ਼ਹੀਦ ਨਹੀਂ ਹੋਈ, ਮਤਲਬ ਕਿ ਬਿਮਾਰ ਹੋ ਗਈ ਸੀ ਕੋਈ? ਹਾਂਜੀ, ਠੀਕ ਹੈ, ਉਹ ਫੌਤ ਹੋ ਗਏ ਅਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਜਿਵੇਂ ਮੈਂ ਪਹਿਲਾਂ ਅਰਜ਼ ਕੀਤਾ ਕਿ ਉਹ ਬੇਗੌਰਵ, ਕੋਈ ਪਤਾ ਨਹੀਂ ਕਬਰ ਕਿੱਥੇ ਵੀ ਨਹੀਂ, ਕੋਈ ਪਤਾ ਨਹੀਂ ਕਿੱਥੇ, ਬਿਲਕੁਲ ਕੋਈ ਇਲਮ ਨਹੀਂ। ਅੱਛਾ, ਉਹ ਇੰਨੀ ਜ਼ਿਆਦਾ ਉਸ ਵਕਤ ਨਾ ਜੇ ਸੁਰਤ ਨਹੀਂ ਸੀ ਕੋਈ, ਇੰਨੀ ਹੋਸ਼ ਨਹੀਂ ਸੀ, ਠੀਕ ਹੈ। ਅਤੇ ਫਿਰ ਜਦੋਂ ਤੁਸੀਂ ਉਹ ਗੱਲ ਸੁਣਾਈ ਹੈ ਕਿ ਇੱਕ ਕਾਫਲੇ ਨੂੰ ਨੀਵੀਂ ਥਾਂ 'ਤੇ ਖਿਲਾਰ ਕੇ ਉੱਤੋਂ ਪਾਣੀ, ਉਹ ਲਾਲਪੁਰ ਧੋਗੜੀ ਉਹਦਾ ਨਾਮ, ਉਸ ਜਗ੍ਹਾ ਦਾ ਨਾਮ ਹੈ, ਕੀ ਨਾਮ? ਇਹ ਲਾਲਪੁਰ ਧੋਗੜੀ, ਧੋਗੜੀ ਧੋਗੜੀ, ਹਾਂਜੀ। ਉੱਥੇ ਕੈਂਪ ਲੱਗਿਆ? ਉੱਥੇ ਕੈਂਪ ਲਾਇਆ, ਠੀਕ ਹੈ। ਅਤੇ ਉਹਦੇ ਪਿਛਲੇ ਪਾਸੇ ਨਹਿਰ ਸੀ, ਠੀਕ, ਉਹ ਨਹਿਰ ਉਹਨੇ ਤੋੜੀ ਹੈ ਜਾਂ ਜੋ ਕੁਝ ਵੀ ਕੀਤਾ ਹਿੰਦੂਆਂ ਲੋਕਾਂ ਨੇ, ਉਹ ਪਾਣੀ ਜਿਹੜਾ ਨਾ ਉਸ ਨੀਵੀਂ ਪਾਸੇ ਵਰਤੋ ਰਿਹਾ, ਆਟੋਮੈਟਿਕ ਹੀ ਨੀਵੇਂ ਪਾਸੇ ਜਾਣਾ ਸੀ, ਹਾਂਜੀ। ਤੋ ਉਸ ਪਾਣੀ 'ਚ ਕਾਫੀ ਸਾਰਾ ਕਾਫਲਾ ਜਿਹੜਾ ਨਾ ਉਹ ਰੁੜ ਗਿਆ ਅਤੇ ਜਿਹੜੇ ਕਿਨਾਰੇ 'ਤੇ ਲਾਸ਼ਾਂ ਲੱਗੀਆਂ ਹਨ, ਕੋਈ ਕੁੱਤੇ ਨੋਚ ਰਹੇ ਨੇ। ਇਹ ਹੁਣ ਤੁਸੀਂ ਲਾਸ਼ਾਂ ਵੇਖੀਆਂ ਨੇ ਕਿਤੇ? ਹਾਂ, ਮੈਂ ਵੇਖੀ। ਇਹ ਇਹ ਉਸ ਗੱਲ ਦੀ ਜਿੱਥੇ ਪਾਣੀ ਛੱਡਿਆ ਉਹ ਜਗ੍ਹਾ 'ਤੇ, ਉੱਥੇ ਕਿਨਾਰੇ 'ਤੇ ਐਸੀਆਂ ਲਾਸ਼ਾਂ ਹੈ ਸਨ। ਅੱਛਾ, ਜਿਹੜੀਆਂ ਬਹੁਤ ਹੋ ਗਏ ਸਨ ਲੋਕ, ਠੀਕ ਹੈ। ਉਹ ਫਿਰ ਤੁਸੀਂ ਉੱਥੋਂ ਇਸ ਕੈਂਪ 'ਚੋਂ ਜਿੱਥੇ ਪਾਣੀ 'ਚੋਂ ਤੁਹਾਡੇ ਪਿੰਡ ਵਾਲੇ ਜਾਂ ਕਾਫਲੇ ਵਾਲੇ ਲੋਕ ਰੁੜੇ ਨੇ, ਉੱਥੋਂ ਤੁਰ ਕੇ ਫਿਰ ਅੱਗੇ ਕਿੱਥੇ ਆਏ ਹੋ? ਅੱਗੋਂ ਫਿਰ ਜੀ ਮੈਂ ਰਾਹਤ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਸ਼ੌਰ ਨਹੀਂ ਸੀ, ਸ਼ੌਰ ਨਹੀਂ ਸੀ, ਠੀਕ ਹੈ। ਤੋ ਆਹਿਸਤਾ ਆਹਿਸਤਾ ਜੀ ਚੱਲਦੇ ਚੱਲਦੇ ਫਿਰ ਅਸੀਂ ਲਾਹੌਰ ਪਹੁੰਚੇ ਹਾਂ, ਠੀਕ ਹੈ। ਅਤੇ ਲਾਹੌਰ ਇੱਕ ਜਗ੍ਹਾ ਦਾ ਗੱਲ ਮੈਨੂੰ ਕਿਆ ਨਾਮ ਸੀ ਉਹਦਾ, ਅੱਛਾ, ਬਰਨਾ ਸੁਣੇ ਲਾਹੌਰ ਪਹੁੰਚ ਗਏ, ਲਾਹੌਰ ਪਹੁੰਚੇ, ਠੀਕ। ਤੋ ਇਸ ਇੱਕ ਜਗ੍ਹਾ 'ਤੇ ਫਿਰ ਨਾ ਕੈਂਪ ਉਹਨਾਂ ਨੇ ਲਾਇਆ, ਔਰ ਕਾਫੀ ਸਾਰੀ ਖੁੱਲੀ ਇਮਾਰਤ ਸੀ, ਗੱਲ ਬਣ ਜਿਸ ਤਰ੍ਹਾਂ ਘੋੜੇ ਦਾ ਅਸਤਬਲ ਨਹੀਂ ਹੁੰਦਾ, ਹਾਂਜੀ, ਇਸ ਤਰ੍ਹਾਂ ਅਸਤਬਲ ਦੀ ਸ਼ਕਲ ਦਾ ਉਹ ਸੀ ਜਗ੍ਹਾ, ਠੀਕ। ਉੱਥੇ ਫਿਰ ਸਾਡੇ ਮੁਹਾਜਰਾਂ ਨੂੰ ਠਹਿਰਾਇਆ ਗਿਆ, ਠਹਿਰਾਇਆ ਗਿਆ, ਠੀਕ ਹੈ। ਅਤੇ ਫਿਰ ਲਾਹੌਰੋਂ ਇੱਥੇ ਬੈਂਕੇ ਚੀਮੇ ਕਿਵੇਂ ਪਹੁੰਚੇ? ਲਾਹੌਰੋਂ ਫਿਰ ਅਸੀਂ ਬੈਂਕੇ ਚੀਮੇ ਨਹੀਂ ਪਹੁੰਚੇ ਜਨਾਬ, ਹਾਂਜੀ, ਅਸੀਂ ਲਾਹੌਰੋਂ ਨਿਕਲੇ ਹਾਂ ਅਤੇ ਫਿਰ ਅਸੀਂ ਗਏ ਹਾਂ ਸ਼ੇਖੂਪੁਰਾ, ਸ਼ੇਖੂਪੁਰੇ ਸ਼ਹਿਰ 'ਚ, ਠੀਕ ਹੈ। ਲੇਕਿਨ ਉੱਥੇ ਵੀ ਕਿਆਮ ਨਹੀਂ ਹੋ ਸਕਿਆ, ਫਿਰ ਅਸੀਂ ਗਏ ਗੁਜਰਾਤ, ਇੱਕ ਪਿੰਡ ਦਾ ਨਾਂ ਹੈ ਲਸੂੜੀ, ਗੁਜਰਾਤ ਲਸੂੜੀ, ਹਾਂਜੀ, ਲਸੂੜੀ ਪਹੁੰਚੇ ਹਾਂ। ਅੱਛਾ, ਉੱਥੇ ਮੈਂ ਚੰਦ ਦਿਨ ਕਿਆਮ ਕੀਤਾ। ਅੱਛਾ ਜੀ, ਫਿਰ ਮੇਰੇ ਚਾਚੇ ਸਨ ਸਰਗੋਡੇ, ਠੀਕ ਹੈ, ਉਹ ਸਾਨੂੰ ਫਿਰ ਉੱਥੋਂ ਲਸੂੜੀ ਉਠਾ ਕੇ ਸਰਗੋਡੇ ਲੈ ਗਏ ਤੁਹਾਨੂੰ ਸਾਨੂੰ। ਅੱਛਾ, ਉੱਥੇ ਫਿਰ ਇੱਕ ਸ਼ਹਿਰ 'ਚ ਸਰਗੋਡੇ ਜਾਂ ਕਿਸੇ ਚੱਕ ਨਹੀਂ, ਚੱਕ 109 ਚੱਕ ਜਨੂਬੀ, 109 ਚੱਕ ਜਨੂਬੀ ਚੂਹੇ ਚਲੇ ਗਏ, ਹਾਂਜੀ, ਚਾਚਿਆਂ ਕੋਲ, ਚਾਚਿਆਂ ਕੋਲ, ਠੀਕ ਹੋ ਗਿਆ। ਉੱਥੇ ਫਿਰ ਜੀ ਅਸੀਂ ਇੱਕ ਫਸਲ ਕਣਕ ਦੀ ਉੱਥੋਂ ਉਠਾਈ, ਇਹ ਉਹ ਲਈ, ਉਹ ਲਈ ਕਣਕ, ਠੀਕ ਹੈ, ਇੱਕ ਇੱਕ ਆਪਣਾ ਸੀਜ਼ਨ, ਠੀਕ ਹੈ। ਉਸ ਤੋਂ ਬਾਅਦ ਫਿਰ ਇਸ ਬੈਂਕਾਂ ਚੀਮਿਆਂ ਵਿੱਚੋਂ ਸਾਡੇ ਤਾਲੁਕਦਾਰ ਰਿਸ਼ਤੇਦਾਰ ਸਾਡੇ ਕੋਲ ਪਹੁੰਚ ਗਏ, ਉਹਨਾਂ ਫਿਰ ਉੱਥੋਂ ਸਾਨੂੰ ਉਠਾਇਆ 109 ਚੱਕ ਜਨੂਬੀ ਚੋਂ ਕੋਕੜਾਣ ਦੇ ਕੋਲ, ਪਿੰਡ ਕਿਹਦੇ ਕੋਲ? ਕੋਕੜਾਣਾ, ਕੋਕੜਾਣਾ, ਠੀਕ ਹੈ। ਉਹਨਾਂ ਤੁਹਾਨੂੰ ਇੱਥੇ ਲੈਣ ਦਾ ਬੈਂਕੇ ਬੈਂਕੇ ਚੀਮ ਲੈਣ ਦਾ? ਇਹ ਜਦੋਂ ਪਾਕਿਸਤਾਨ ਬਣਿਆ ਉਹਦੇ ਤੋਂ ਕਿੰਨੇ ਸਾਲ ਬਾਅਦ ਬੈਂਕੇ, ਕੋਈ ਸਾਲ ਬਾਅਦ ਆਏ ਹੋ, ਦੋ ਬਾਅਦ ਆਏ ਹੋ, ਚੋਂ ਬਾਅਦ ਆਏ ਹੋ, ਕਦੋਂ ਆਏ ਹੋ? ਤਕਰੀਬਨ ਸਾਲ ਬਾਅਦ। ਉਦੋਂ ਇਹ ਪਿੰਡ ਕਿਵੇਂ ਦਾ ਸੀ? ਇੱਥੇ ਵੀ ਕੋਈ ਸਿੱਖ ਇੱਥੋਂ ਗਏ ਨੇ? ਇੱਥੋਂ ਸਿੱਖ ਬੜੇ ਕਾਫੀ ਗਏ ਨੇ। ਅੱਛਾ, ਉਸ ਵਕਤ ਪਿੰਡ ਇਸ ਦੀ ਸ਼ਕਲ ਅੱਜ ਮੌਜੂਦਾ ਵਾਲੀ ਨਹੀਂ। ਅੱਛਾ, ਉਦੋਂ ਇਹ ਛੋਟਾ ਪਿੰਡ, ਉਹਦਾ ਛੋਟਾ ਹੀ ਪਿੰਡ ਸੀ, ਠੀਕ ਹੈ। ਅਤੇ ਆਮ ਤੌਰ 'ਤੇ ਆਮ ਮਕਾਨ ਆ ਗਿਆ ਸਨ, ਕੱਚੇ ਸਨ, ਠੀਕ ਹੈ, ਹਾਂਜੀ। ਅੱਛਾ, ਅਤੇ ਪਿੰਡ ਪੁਰਾਣਾ ਸੀ, ਆਬਾਦੀ ਵੈਸੇ ਇਹਦੀ ਗੁੰਜਾਨ ਆਵਾਜ਼ ਸੀ, ਠੀਕ ਹੈ, ਲੇਕਿਨ ਇਤਨੀ ਜ਼ਿਆਦਾ ਆਬਾਦੀ, ਹੁਣ ਤਾਂ ਆਬਾਦੀ ਬਹੁਤ ਜ਼ਿਆਦਾ ਹੋ ਗਈ, ਅਤੇ ਆਮ ਘਰਾਂ ਦੇ ਬੱਚੇ ਬਾਹਰ ਨਿਕਲ ਗਏ, ਠੀਕ ਹੈ, ਮੁਖਤਲਿਫ। ਉਦੋਂ ਤੁਹਾਨੂੰ ਫਿਰ ਇੱਥੇ ਘਰ ਵਗੈਰਾ, ਜਗ੍ਹਾ ਵਗੈਰਾ ਆਸਾਨੀ ਨਾਲ ਮਿਲ ਗਈ ਸੀ? ਹਾਂ, ਉਦੋਂ ਘਰ ਨਹੀਂ, ਜਿਸ ਘਰ 'ਚ ਅਸੀਂ ਲਾ ਕੇ ਆਬਾਦ ਹੋਏ ਹਾਂ, ਉਸ ਘਰ 'ਚ ਇੱਕ ਇੱਥੋਂ ਦਾ ਰਹਿਣ ਵਾਲਾ ਮੁਸਲਮਾਨ, ਹਿੰਦੂਆਂ ਤੋਂ ਮੁਸਲਮਾਨ ਹੋਏ ਸੀ, ਸਿੱਖਾਂ ਤੋਂ, ਸਿੱਖਾਂ ਤੋਂ ਮੁਸਲਮਾਨ ਹੋਏ, ਹਾਂ, ਉਹ ਰਹਿ ਰਿਹਾ ਸੀ, ਜੱਟ ਸੀ, ਜੱਟ ਸੀ, ਠੀਕ ਹੈ। ਅਤੇ
ਉਹ ਫਿਰ ਜਦੋਂ ਅਸੀਂ ਆਏ ਹਾਂ ਫਿਰ ਉਹਨੂੰ ਆਹਿਸਤਾ 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 ਕੁਰੇਕਦਿਆਂ ਕੁਰੇਕਦਿਆਂ ਫਿਰ ਉਹਨੂੰ ਅਸਾਂ ਉਹਨੂੰ ਮਕਾਨ 'ਚੋਂ ਵੱਖਰਾ ਕੀਤਾ, ਅਲੱਗ ਕਰ ਦਿੱਤਾ ਵੀ ਤੂੰ ਆਪਣੀ ਜਗ੍ਹਾ 'ਤੇ ਜਾ, ਅਤੇ ਅਸੀਂ ਫਿਰ ਉਸ ਮਕਾਨ 'ਚ ਲਾ ਦਿਓ। ਠੀਕ ਹੋ ਗਿਆ। ਅਤੇ ਕਦੇ ਤੁਹਾਡਾ ਉੱਥੇ ਕੋਈ ਜੀ ਗਿਆ ਤੁਹਾਡੇ ਪਿੰਡ 'ਚ ਡੁਗਰੀ 'ਚ ਕੋਈ ਤੁਹਾਡੇ ਰਿਸ਼ਤੇਦਾਰਾਂ 'ਚੋਂ ਕੋਈ ਗਿਆ ਉੱਥੇ ਕਦੇ ਇੰਡੀਆ? ਇੱਕ ਸ਼ਖਸ ਗਿਆ ਸੀ। ਉਹ ਕਿੱਥੇ? ਉਹਦਾ ਨਾਮ ਫੈਜ਼ ਜਲਾਨੀ, ਮੁਲਤਾਨ ਸੀ, ਅੱਜ ਫੌਜ ਹੋ ਗਿਆ। ਫੈਜ਼ ਜਲਾਨੀ ਉਹ ਤੁਹਾਡੀ ਬਰਾਦਰੀ ਦੇ ਸਨ ਜੀ? ਹਾਂ। ਉਹ ਗਏ ਨੇ ਪਿੰਡ ਡੁਗਰੀ ਮਕੇਰੀਆਂ। ਮਕੇਰੀਆਂ ਇਹ ਕਦੋਂ ਦੀ ਗੱਲ ਹੈ? ਇਹ ਤਾਂ ਕਾਫੀ ਦੇਰ ਦੀ ਗੱਲ ਹੈ, ਅੱਜ ਦਾ ਵਕਤ ਨਹੀਂ ਉਹ। ਅੱਛਾ, ਉਸ ਜਿਹੜਾ ਤੁਹਾਡਾ ਇਲਾਕਾ ਸੀ ਉੱਥੇ, ਉੱਥੇ ਤੁਸੀਂ ਕੋਈ ਉੱਥੇ ਮੇਲੇ ਵਗੈਰਾ ਵੇਖੇ ਹੋਣ ਉੱਥੇ ਤੁਸੀਂ? ਮੈਂ ਸਿਰਫ ਇੱਕ ਨੂੰ ਜਾਣਦਾ ਜੀ ਜੀ, ਉਹ ਵੀ ਬਜ਼ੁਰਗਾਂ ਦੇ ਨਾਲ ਵੱਡੇ ਭਾਂਜੇ ਦੇ ਨਾਲ ਜਾਂਦਾ ਸਾਂ, ਬਚਪਨ ਬੱਚਾ ਸਾਂ। ਤੋ ਉਸ ਵਕਤ ਇੱਕ ਬਾਬਾ ਮਾਹੀ ਸ਼ਾਹ ਸਾਹਿਬ ਹੁੰਦੇ ਸਨ, ਉਹ ਸਨ ਮਹਿੰਦੀਪੁਰ, ਇੱਕ ਪਿੰਡ ਸੀ ਉੱਥੇ, ਉਹਨਾਂ ਦਾ ਮੇਲਾ ਲੱਗਦਾ ਸੀ। ਉਸ ਮੇਲੇ 'ਚ ਗਾਲਬਨ ਇੱਕ ਜਾਂ ਦੋ ਵਾਰ ਮੈਂ ਗਿਆ ਬਸ, ਹੋਰ ਇੱਕ ਮੇਲੇ ਦੇ ਮਤਲਬ ਮੈਨੂੰ ਕੋਈ। ਅੱਛਾ, ਉਹ ਮੇਲਾ ਕਹਿੰਦਾ ਸੀ ਇੱਥੋਂ ਦੇ ਮੇਲਿਆਂ ਨਾਲ, ਉਹਦੇ 'ਚ ਕੋਈ ਫਰਕ ਸੀ? ਹਾਂ ਹਾਂਜੀ, ਉਹ ਮੇਲਾ ਇੰਨੀਆਂ ਜ਼ਿਆਦਾ ਜਿਸ ਅੱਜ ਕੱਲ੍ਹ ਦੇ ਮੌਜੂਦਾ ਹਾਲਾਤ ਦੇ ਤਹਿਤ ਜਿਸ ਤਰ੍ਹਾਂ ਦੁਕਾਨਾਂ ਲੱਗ ਗਈਆਂ ਨੇ ਜੀ, ਇਸ ਤਰ੍ਹਾਂ ਉੱਥੇ ਦੁਕਾਨਾਂ ਨਹੀਂ ਸਨ ਲੱਗ ਗਈਆਂ, ਅਤੇ ਬਸ ਲੋਕ ਜਾਂਦੇ ਸਨ ਇੱਕ ਦੂਸਰੇ ਨਾਲ ਮੁਲਾਕਾਤ ਕਰਨੀ। ਠੀਕ ਹੈ। ਅਤੇ ਦਰਬਾਰ 'ਤੇ ਜਾਣਾ, ਫਾਤਿਹਾ ਪੜ੍ਹਨੀ ਅਤੇ ਬਾਅਦ। ਅਤੇ ਉੱਥੇ ਤੁਸੀਂ ਕੋਈ ਵਿਆਹ ਸ਼ਾਦੀਆਂ ਵੀ ਵੇਖੀਆਂ ਨੇ ਉਸ ਇਲਾਕੇ ਦੇ ਵਿੱਚ? ਵੇਖੀਆਂ ਲੇਕਿਨ ਇੰਨੀਆਂ ਜ਼ਿਆਦਾ ਨਹੀਂ, ਇੰਨਾ ਨਹੀਂ ਸ਼ੋਰ ਨਹੀਂ ਕਿ ਜਿਹਦੇ 'ਚ ਮੈਂ ਕਹਿ ਦਿਆਂ ਕਿ ਮੈਂ ਫਲਾਂ ਜਗ੍ਹਾ ਵੀ ਗਿਆ, ਉੱਥੇ ਵੀ ਗਿਆ ਹੋਈ ਆ, ਇੰਨਾ ਸ਼ੋਰ ਨਹੀਂ ਹੈ। ਸਹੀ ਸਹੀ। ਅੱਛਾ, ਜਦੋਂ ਤੁਸੀਂ ਇਸ ਪਿੰਡ 'ਚ ਆਏ ਸੋ ਅਤੇ ਉਦੋਂ ਇੱਥੋਂ ਸਿੱਖ ਟੁਰ ਕੇ ਸਨ ਤੁਹਾਡੇ ਆਉਣ ਤੋਂ ਪਹਿਲਾਂ? ਹਾਂਜੀ ਸਰ ਜੀ। ਅੱਛਾ, ਠੀਕ ਹੈ। ਜਿਹੜੇ ਉਹ ਸਿੱਖ ਸਨ ਇੱਥੇ ਜਿਹੜੇ ਪਹਿਲਾਂ ਰਹਿੰਦੇ ਸਨ, ਵਸਨੀਕ ਸਨ ਜਿਹੜੇ ਇੱਥੋਂ ਦੇ ਜੀ, ਉਹਨਾਂ ਦਾ ਤੁਸੀਂ ਇੱਥੋਂ ਦੀਆਂ ਜੱਟ ਚੀਮਿਆਂ ਦੇ ਕੋਲੋਂ ਸੁਣਿਆ ਹੋਇਆ, ਕਿਹੜੇ ਕਿਹੜੇ ਮਸ਼ਹੂਰ ਬੰਦੇ ਸਨ ਜਿਹੜੇ ਇੱਥੇ ਪਹਿਲਾਂ ਸਿੱਖ ਰਹਿੰਦੇ ਸਨ ਇਸ ਪਿੰਡ? ਇਹਨਾਂ 'ਚੋਂ ਜੀ ਮੈਂ ਤਾਂ ਸਿਰਫ ਇੱਕ ਬੰਦਾ ਨਾਂ ਸੁਣਿਆ, ਉਹਨੂੰ ਹਜ਼ਾਰਾ ਸਿੰਘ ਕਹਿੰਦੇ ਸਨ ਜੀ। ਉਹ ਚੋਰ ਸੀ, ਡਕੇਤ ਵਗੈਰਾ ਸੀ, ਇੰਡੀਆ ਜਾ ਕੇ ਉਹ ਆਪਣਾ ਕਤਲ ਹੋਇਆ ਜੀ। ਉਹ ਇਸ ਤੋਂ ਇਲਾਵਾ ਹੋਰ ਹੋਣਗੇ, ਲੇਕਿਨ ਮੈਨੂੰ ਨਹੀਂ ਉਹਨਾਂ ਨੇ ਮਤਲਬ ਵਾਕਈ।